हां जी सोनो ते 1 ਹਫਤਾ ਹੋਇਆ ਹੈ ਪਾਕਿਸਤਾਨੀ ਨਵੀਂ ਫਿਲਮ ਆਈ ਤੇ ਯਾਰ ਇਹ ਫਲਾਪ ਕਿਉਂ ਹੋ ਗਈ ਕਿ ਅੱਜ ਯਾਰ ਤੁਹਾਨੂੰ ਫਿਲਮ ਇੰਡਸਟਰੀ ਦੇ ਸਾਰੇ ਰਾਜ਼ ਖੋਲ ਕੇ ਤੁਹਾਡੇ ਸਾਹਮਣੇ ਲੈ ਕੇ ਆਏ ਆ ਕਿ ਯਾਰ ਸਾਡੀਆਂ ਫਿਲਮਾਂ ਨਕਾਮ ਕਿਉਂ ਹੁੰਦੀਆਂ ਨੇ ਤੇ ਜਿਹੜੀ ਫਿਲਮ ਨਵੀਂ ਆਈ ਨੌ ਲਵ ਨੌ ਟੈਨਸ਼ਨ ਕਿ ਯਾਰ ਇਹਦੇ ਵਿੱਚ ਬੜੀ ਵੱਡੀ ਕਾਸਟ ਹੈ ਕਿ ਪਾਕਿਸਤਾਨ ਦੇ ਬੜੇ ਬੜੇ ਸੁਪਰਸਟਾਰ ਇੰਦੇ ਵਿੱਚ ਨੇ ਤੇ ਇਹ ਯਾਰ ਫਿਲਮ ਫਲਾਪ ਹੋ ਗਈ ਕਿਉਂ ਹੋਈ ਸੋਣਿਓ ਵੀਡੀਓ ਛੋਟੀ ਏ ਲੇਕਿਨ ਮੈਂ ਕਹਿਣਾ ਕਿ ਗੱਲ ਬੜੀ ਵੱਡੀ ਹੈ ਕਿ ਯਾਰ ਅੱਜ ਤੁਹਾਡੇ ਸਾਹਮਣੇ ਅਸੀਂ ਉਹ ਰਾਜ਼ ਰੱਖਾਂਗੇ ਕਿ ਤੁਸੀਂ ਵੀ ਸੁਣੋਗੇ ਨਾ ਤੇ ਵਾਕਈ ਮੰਨੋਗੇ ਕਿ ਯਾਰ ਸਾਡੇ ਜੋ ਕਮੀਆਂ ਦੂਰ ਹੋ ਜਾਣਾਂ ਤੇ ਸਾਡੀ ਫਿਲਮ ਕੋਈ ਨਾ ਫਲਾਪ ਹੋਵੇ ਤੇ ਪਿਆਰਿਓ ਕੀ ਮਾਮਲਾ ਸਾਰਾ ਹੈ ਤੇ ਕੀ ਸਾਡੇ ਚ ਕਮੀਆਂ ਨੇ ਕਿ ਸਾਡੀ ਫਿਲਮ ਯਾਰ ਜਿਹੜੀ ਵੀ ਸੈਲਮੇ ਦੇ ਵਿੱਚ ਲੱਗਦੀ ਏ ਤੇ ਉਹ ਨਕਾਮ ਹੋ ਜਾਂਦੀ ਫਲਾਪ ਹੋ ਜਾਂਦੀ ਕਿ ਯਾਰ 40 50 ਲੱਖ ਫਿਲਮ ਤੇ ਰੁਪਈਆ ਲੱਗਾ ਹੁੰਦਾ ਤੇ ਉਹ ਪੈਸੇ ਵੀ ਨਹੀਂ ਮੁੜਦੇ ਕਿ ਯਾਰ ਮਾਮ ਸੈਲਮੇ ਵੇਖਣ ਜਾਂਦੀ ਨਹੀਂ ਫਿਲਮ ਕੀ ਵਜ੍ਹਾ ਹੈ ਅਸੀਂ ਕੀ ਕਮਾਲ ਦੀ ਨਹੀਂ ਬਣਾਦੇ ਨਹੀਂ ਸੋਣਿਓ ਸਾਡੇ ਅਦਾਕਾਰ ਮਹਾਨ ਨਹੀਂ ਹੈ ਨੇ ਕਿ ਯਾਰ ਸਾਡੇ ਪਾਕਿਸਤਾਨੀ ਇਹੋ ਜਿਹੇ ਅਦਾਕਾਰ ਨੇ ਕਿ ਜਿਹੜੇ ਬਾਹਰ ਚੜਦੇ ਪੰਜਾਬ ਵੱਲੇ ਕੰਮ ਕਰਕੇ ਆਂਦੇ ਨੇ ਤੇ ਉਹ ਫਿਲਮਾਂ ਸੁਪਰ ਡੂਪਰ ਹਿੱਟ ਜਾਂਦੀਆਂ ਤੇ ਜੇ ਉਹ ਪਾਕਿਸਤਾਨ ਦੇ ਵਿੱਚ ਰਹਿ ਕੇ ਕੰਮ ਕਰਨ ਤੇ ਉਹ ਫਿਲਮ ਫਲਾਪ ਹੋ ਜਾਂਦੀ ਏ ਤੇ ਸਾਰਾ ਆ ਮਾਮਲਾ ਕੀ ਯਾਰ ਇਹ ਅੱਜ ਅਸੀਂ ਤੁਹਾਡੇ ਲਈ ਸਾਰੇ ਫਿਲਮ ਇੰਡਸਟਰੀ ਦੇ ਰਾਜ਼ ਖੋਲ ਕੇ ਤੁਹਾਨੂੰ ਸੁਣਾਵਾਂਗੇ ਤੇ ਦੱਸਾਂਗੇ ਕਿ ਯਾਰ ਇਹ ਕਮੀਆਂ ਨੇ ਸਾਡੇ ਚ ਤੇ ਨਾ ਗੱਲਾਂ ਤੋਂ ਸਾਡੀ ਫਿਲਮ ਕੋਈ ਨਹੀਂ ਚੱਲਦੀ ਨੰਬਰ 1 ਤੇ ਪਹਿਲੇ ਨੰਬਰ ਤੇ ਕਿ ਸਾਡੀ ਆਵਮ ਨੂੰ ਪਤਾ ਹੀ ਨਹੀਂ ਹੁੰਦਾ ਕਿ ਯਾਰ ਕਿਹੜੀ ਫਿਲਮ ਕਿਹੜੇ ਦਿਨ ਲੱਗਣੀ ਹੈ ਤੇ ਕਿਦੋਂ ਰਿਲੀਜ਼ ਹੋਣੀ ਹੈ ਤੇ ਇਹਦੇ ਛੇ ਅਦਾਕਾਰ ਕਿਹੜੇ-ਕਿਹੜੇ ਨੇ ਹੁਣ ਨੌ ਲਵ ਨੌ ਟੈਨਸ਼ਨ ਦੇ ਵਿੱਚ ਆਗਾ ਮਾਜਦ ਸਰਦਾਰ ਕਮਾਲ ਕੈਸਰ ਪਿਆ ਮਹਿਕ ਨੂਰ ਕਿ ਯਾਰ ਬੜੇ ਬੜੇ ਟੌਪ ਦੀਏ ਅਦਾਕਾਰਾਂ ਤੇ ਅਦਾਕਾਰਾਂ ਨੇ ਕਿ ਜਿੰਨਾ ਯਾਰ ਕੰਮ ਕੀਤਾ ਤੇ ਬੜਾ ਕਮਾਲ ਦਾ ਕੰਮ ਕੀਤਾ ਤੇ ਸਟੋਰੀ ਵੀ ਅੱਛੀ ਸੀ ਤੇ ਆਹਰਕਾਰ ਯਾਰੇ ਫਿਲਮ ਕਿਉਂ ਫਲਾਪ ਹੋ ਗਈ ਅੱਜ ਯਾਰ ਅਸੀਂ ਤੁਹਾਨੂੰ ਦੱਸਾਂਗੇ ਮੈਂ ਕਹਿੰਨਾ ਕਿ ਯਾਰ ਤੁਸੀਂ ਵੀ ਸੁਣੋਗੇ ਨਾ ਤੇ ਮੰਨ ਜਾਓਗੇ ਕਿ ਵਾਕਿਆ ਯਾਰੇ ਸਾਡੇ ਚ ਕਮੀਆਂ ਨੇ ਤੇ ਜੇ ਇਹ ਕਮੀਆਂ ਅਸੀਂ ਦੂਰ ਕਰ ਲਈਏ ਨਾ ਤੇ ਅਸੀਂ ਜਿਹੜੀ ਵੀ ਫਿਲਮ ਸੈਲਮੇ ਦੇ ਵਿੱਚ ਲਾਈਓ ਸਾਡੀ ਸੁਪਰ ਡੂਪਰ ਹਿੱਟ ਜਾਵੇ ਕਿਹੜੀਆਂ ਕਮੀਆਂ ਨੇ ਕਿ ਯਾਰ ਸਭ ਤੋਂ ਵੱਡੀ ਇਹ ਗੱਲ ਏ ਕਿ ਅਸੀਂ ਕੀ ਕਰਨੇ ਆ ਕਿ ਫਿਲਮ ਲੱਗਣੀ ਹੈ ਨਾ ਸੈਲਮੇ ਇੱਕ ਹਫਤਾ ਪਹਿਲੇ ਖਬਰਾਂ ਦੇ ਵਿੱਚ ਦੇ ਦਿੰਨੇ ਆ ਕਿ ਇਹ ਆ ਪਾਕਿਸਤਾਨੀ ਫਿਲਮ ਪੰਜਾਬੀ ਆ ਰਹੀ ਫਲਾਣੇ ਸੈਲਮੇ ਚ ਲੱਗਣੀ ਹੈ ਤੇ ਵੇਖਣ ਜ਼ਰੂਰ ਆਇਆ ਜੀ ਅੱਜ ਕੱਲ ਮੈਨੂੰ ਦੱਸੋ ਯਾਰ ਖ਼ਬਰਾਂ ਪੜਦਾ ਕੌਣ ਸਾਡੇ ਬਜ਼ੁਰਗਾਂ ਤੋਂ ਇਲਾਵਾ ਖ਼ਬਰਾਂ ਕੌਣ ਪੜ੍ਹਦਾ? ਉਹਨਾਂ ਤੇ ਨਹੀਂ ਯਾਰ ਸੈਲਮੇ ਫਿਲਮ ਵੇਖਣ ਜਾਣੀ। ਕਿ ਅੱਜਕੱਲ ਯਾਰ ਬੱਚੇ ਬੱਚੇ ਦੇ ਹੱਥ 'ਚ ਫੋਨ ਏ। ਤੇ ਅਸੀਂ ਕੀ ਕਰਨੇ ਅਖਬਾਰ ਤੇ ਦੇ ਦੇ ਛੱਡਨੇ? ਨਹੀਂ ਸੋਣਿਓ। 40-50 ਲੱਖ ਰੁਪਈਆ ਫਿਲਮ ਤੇ ਲੱਗ ਗਿਆ ਤੁਹਾਡਾ। ਤੇ ਤੁਸੀਂ ਕੀ ਕਰਦੇ ਇਹ ਖ਼ਬਰਾਂ ਦੇ ਦੇ ਦਿੰਦੇ ਜੀ। ਤੁਸੀਂ ਯਾਰ ਸੋਣਿਓ ਵੱਡੇ-ਵੱਡੇ ਕ੍ਰिएਟਰ ਜਿਹੜੇ ਨੇ ਨਾ YouTube 'પર ਟਿਕ ਟੋਕਰ ਉਹਨਾਂ ਨੂੰ ਦੱਸੋ ਕਿ ਯਾਰ ਫਲਾਣੀ ਫਿਲਮ ਲਗਣੀ ਹੈ ਇਹ ਫਿਲਮ ਦਾ ਨਾਮ ਹੈ ਤੇ ਦੀ ਪਬਲਿਕਿਟੀ ਕਰੋ ਕਿਉਂ ਕਿ ਯਾਰ ਰੁਪਈਏ ਨਾ ਮੰਗ ਲੈ ਰੁਪਈਆ ਤੋਂ ਡਰ ਲੱਗਦਾ ਹੈ ਨਾ ਤੇ ਬਾਅਦ ਚ ਜਦੋਂ ਸੈਲਮੇ ਲੱਗਦੀ ਫਿਲਮ ਕੋਈ ਵੇਖਣ ਹੀ ਨਹੀਂ ਆਉਂਦਾ ਕਿਉਂ ਕਿ ਯਾਰ ਸਾਡੀ ਆਵਾਮ ਨੂੰ ਪਤਾ ਹੀ ਨਹੀਂ ਹੁੰਦਾ ਕਿ ਫਿਲਮ ਦਾ ਨਾਮ ਕੀ ਹੈ ਇਹਦੇ ਵਿੱਚ ਅਦਾਕਾਰ ਕਿਹੜੇ ਨੇ ਕਿ ਕਿਹੜੇ ਸੈਲਮੇਂ ਦੇ ਵਿੱਚ ਲਗਣੀ ਤੇ ਕਿਹੜੇ ਦਿਨ ਲਗਣੀ ਪਤਾ ਹੀ ਨਹੀਂ ਹੁੰਦਾ ਯਾਰ ਕਿ ਮੈਂ ਕਹਿੰਨਾ ਕਿ ਯਾਰ ਇਹ ਸਾਡੀਆਂ ਕਮੀਆਂ ਦੂਰ ਹੋ ਜਾਂਨਾ ਕਿ ਫਿਲਮ ਤੋਂ ਪਹਿਲੇ ਕੋ 2 ਮਹੀਨੇ ਉਹਦੀ ਪਬਲਿਕਿਟੀ ਕੀਤੀ ਜਾ ਪਹਿਲੇ ਕਿਉਂ ਸੁਪਰ ਹਿੱਟ ਫਿਲਮਾਂ ਹੁੰਦੀਆਂ ਸਨ ਇਸੇ ਤਰ੍ਹਾਂ ਕਿ ਉਹਦੋਂ ਯਾਰ ਮੋਬਾਈਲਾਂ ਦਾ ਦੌਰ ਨਹੀਂ ਸੀ ਹਰ ਬੰਦਾ ਖਬਰਾਂ ਸੁਣਦਾ ਸੀ ਖ਼ਬਰ ਪੜ੍ਹਦਾ ਸੀ ਤੇ ਰਸ਼ਕਿਆਂ ਦੇ ਉੱਤੇ ਟਾਂਗੇ ਰੇੜਿਆਂ ਦੇ ਉੱਤੇ ਉਹਨਾਂ ਦੇ ਬੈਨਰ ਲਾ ਕੇ ਪੋਸਟਰ ਲਾ ਕੇ ਢੋਲ ਧਮੱਕੇ ਦੇ ਨਾਲ ਪਬਲਿਕਿਟੀ ਕੀਤੀ ਜਾਂਦੀ ਸੀ ਤੇ ਅੱਜ ਉਹ ਕਿਉਂ ਨਹੀਂ ਚੀਜ਼ਾਂ ਹੈਗੀਆਂ ਤੇ ਤਾਂ ਹੀ ਤੇ ਅਸੀਂ ਪਿਛਾਂ ਜਾ ਰਹੇ ਆ ਨਾ ਇਸੇ ਗੱਲੋਂ ਦੇ ਸਾਡੀਆਂ ਫਿਲਮਾਂ ਨਕਾਮ ਹੋ ਰਹੀਆਂ ਤੇ ਪਿਆਰਿਓ ਤੁਸੀਂ ਕੀ ਕਰਦੇ ਪਏ ਜੇ ਕਿੰਨਾ ਰੁਪਈਆ ਰੋੜੀ ਆਂਦੇ ਜੇ ਕਿ ਸੈਲਮੇ ਦੇ ਵਿੱਚ ਫਿਲਮ ਲੱਗਦੀ ਸਾਡੇ ਪੈਸੇ ਵੀ ਨਹੀਂ ਯਾਰ ਪੂਰੇ ਹੁੰਦੇ ਕਿ ਇਥੋਂ ਦਿਖ ਰਾ ਹੈ ਕਿ ਯਾਰ ਅਸੀਂ ਫਿਲਮਾਂ ਤੇ ਗੱਲਬਾਤ ਕਰਨੇ ਆ ਕਿ ਕਿਹੜੀ ਦਫਾ ਯਾਰ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਹੜੀ ਫਿਲਮ ਕਿਦਾਂ ਲੱਗ ਰਹੀ ਹੈ ਤੇ ਹਾਲੇ ਅਸੀਂ ਹਰ ਜਗ੍ਹਾ ਤੇ ਸਾਡੀ ਨਿਗਾਹ ਹੁੰਦੀ ਤੇ ਪਿਆਰਿਓ ਏਸੇ ਗੱਲੋ ਹੀ ਜਿਹੜਾ ਨਾ ਇਹ ਸਾਡੀਆਂ ਫਿਲਮਾਂ ਨਕਾਮ ਹੋ ਰਹੀਆਂ ਕਿ ਸਾਡੀ ਆਵਾਮ ਨੂੰ ਪਤਾ ਹੀ ਨਹੀਂ ਹੁੰਦਾ ਉਹ ਯਾਰ ਜੇ ਕ੍ਰੀਏਟਰ ਕੁਚਾਰਾਂ ਨੇ ਮੰਗਦੇ ਨੇ ਤੇ ਉਹਨਾਂ ਨੂੰ ਦਿਓ ਉਹ ਤੁਹਾਡਾ ਹੀ ਫਾਇਦਾ ਉਹ ਕ੍ਰिएਟਰ ਤੁਹਾਨੂੰ ਕਮਾ ਕੇ ਦੇਣਗੇ ਵਾਮ ਸੈਲਮੇ ਆਏਗੀ ਵੜੇਗੀ ਤੇ ਤੁਸੀਂ ਕਮਾਈ ਕਰੋਗੇ ਤੇ ਜੇ ਆਵਾਮ ਇਕਰਾ ਗੱਲ ਹੀ ਨਾ ਪਹੁੰਚੇ ਤੁਹਾਡੀ ਕਿ ਫਿਲ ਫਲਾਣੀ ਫਿਲਮ ਹੈ ਤੇ ਸੋਣਿਓ ਅੰਦਰ ਦੇ ਰਾਜ਼ ਇਹ ਗੁੱਸਾ ਤੇ ਮੇਰੀ ਗੱਲ ਦਾ ਲੱਗਿਆ ਹੋਣਾ ਹੈ ਜਿਹੜੇ ਵੱਡੇ ਵੱਡੇ ਪ੍ਰੋਡੂਸਰ ਡਾਇਰੈਕਟਰ ਨੇ ਨਾ ਗੁੱਸਾ ਤੇ ਮੇਰੀ ਗੱਲ ਦਾ ਲੱਗਾ ਲੇਕਿਨ ਇਹ ਗੱਲ ਹਕੀਕੀ ਏ ਕਿ ਯਾਰ ਇੰਜ ਕਰਕੇ ਵੇਖ ਲਓ ਜੇ ਤੁਹਾਡੀ ਫਿਲਮ ਨਾਕਾਮ ਹੋ ਜਾਏ ਤੇ ਸਾਨੂੰ ਕਹਿਣਾ ਕਿ ਯਾਰ ਤੁਸੀਂ ਐਵੇਂ ਕਹਿੰਦੇ ਏ ਤੇ ਜਿਹੜੇ ਵੇਖਣ ਡੈ ਨੇ ਇਹ ਤੁਸੀਂ ਵੀ ਆਪਦੀ ਰਾਏ ਕਮੈਂਟ ਦੇ ਵਿੱਚ ਸਾਨੂੰ ਸਹੀ ਦੱਸਣੀ ਦੱਸਣੀ ਹੈ ਕਿ ਯਾਰ ਇਹ ਗੱਲ ਅਸੀਂ ਠੀਕ ਕੀਤੀ ਹੈ ਜਾਂ ਗਲਤ ਕੀਤੀ ਹੈ ਕਿ ਸਾਡੀਆਂ ਪਾਕਿਸਤਾਨੀ ਪੰਜਾਬੀ ਫਿਲਮਾਂ ਹੋ ਕੇ ਤੇ ਨਾਕਾਮ ਹੋ ਜਾਣ ਮੈਂ ਨਹੀਂ ਮੰਨਦਾ ਤੇ ਜੇ ਪਿਆਰਿਓ ਸਾਡੀ ਅੱਜ ਦੀ ਸਟੋਰੀ ਤੇ ਜੇ ਤੁਸੀਂ ਮਜ਼ੀਦ ਇਹੋ ਜੀਆਂ ਜਾਣਕਾਰੀ ਵਾਲੀਆਂ ਸਟੋਰੀਆਂ ਸੁਣਨਾ ਚਾਹਦੇ ਈਏ ਯਾ ਵੇਖਣਾ ਚਾਹ ਦੀ ਏ ਤੇ ਪਿਆਰਿਓ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਦੇ ਵਿੱਚ ਆਪਦੀ ਰਾਏ ਦਾ ਜ਼ਹਾਰ ਜ਼ਰੂਰ ਕਰਿਆ ਕਰੋ ਤੇ ਨਾਲੇ ਸੋਹਣਿਓ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ ਚੋਂ ਬੈ ਕੇ ਸਾਡੀ ਵੀਡੀਓ ਵੇਖਣ ਡੈ ਜੀ